ਤੇ ਜਾਣ ਕਿਸੇ ਖਿਡਾਰੀ ਦੇ ਸੱਟ ਨਾ ਲੱਗੀ। ਬਲਵੀਰ ਸਿੰਘ ਜੀ ਵੀਰਾ ਹਾਲੈਂਡ ਜਰਮਨ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਵੀਰ ਸਿੰਘ ਵੀਰੇ ਉਹਨਾਂ ਦਾ। ਪਰ ਦੀਸ਼ੇ ਦਾ ਜੱਫਾ ਮੇਰੇ ਵੀਰਿਓ, ਵਾਹ ਉਹ ਦੀਸ਼ੇ ਹੈ। ਦੀਸ਼ਾ ਕਹਿੰਦੇ ਦੀਸ਼ੇ ਨੂੰ 10 ਸਾਲ ਦਾ ਅਮਰੀਕਾ ਅਮਰੀਕਾ ਦਾ ਵੀਜ਼ਾ ਉੱਥੋਂ ਦੀ ਐਮਬੈਸੀ ਨੇ ਦਿੱਤਾ ਹੈ, ਵੱਡਾ ਮਾਣ ਹੈ। ਲਓ ਮਾਲਵਾ ਪਹੁੰਚ ਚੁੱਕੀ ਹੈ ਜੀ, ਮਾਲਵਾ ਨਹੀਂ ਇਹ ਤੇ ਦੁਆਬਾ ਹੀ ਹੈ। ਜੰਡ ਕੋਚ ਦੀ ਟੀਮ ਕਹਿੰਦੇ ਬਾਬਾ ਮੁਰਾਦ ਸ਼ਾਹ ਕਲੱਬ ਨਕੋਦਰ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ। ਉਧਰ ਮਾਲਵੇ ਦੀ ਟੀਮ ਜੱਗੀ ਭੁੰਦੜ ਵਰਗੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਹੈ। ਕਰਨੀ ਭੁੱਚੋ ਵਰਗੇ, ਤਲਵਿੰਦਰ ਭੁੱਚੋ ਵਰਗੇ ਮੇਰੇ ਵੀਰੋ, ਬਸੰਤ ਭਲੂਰ ਵਰਗੇ, ਕਾਲਾ ਧਨੌਲੇ ਵਾਲਾ ਵੀ ਪੁੱਜ ਗਿਆ, ਪਿੰਡਾ ਰੌਲੀ ਵਾਲਾ ਉਹ ਵੀ ਨੌਜਵਾਨ ਮੇਰੇ ਵੀਰੋ। ਅਗਲੇ ਮੁਕਾਬਲੇ ਦੇ ਲਈ ਕਹਿੰਦੇ ਟੀਮ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ। ਸੱਭੀ ਗੁੱਸੇ ਵਾਲਾ ਕਹਿੰਦੇ ਟੀਮ ਨੂੰ ਲੈ ਕੇ ਪੁੱਜਿਆ ਹੋਇਆ, ਫੌਜੀ ਚੀਮਿਆਂ ਵਾਲਾ ਵੀ ਪੁੱਜਿਆ, ਜਸਵੰਤ ਸਿੰਘ ਜੇਤੂ ਧੂਰੇ ਦੇ ਕਬੱਡੀ ਕੱਪ ਦਾ, ਤੇ ਕੀਪਾ ਭੁੰਦੜ ਵਾਲਾ ਵੀ ਕਹਿੰਦੇ ਮੇਰੇ ਵੀਰੋ ਪੁੱਜ ਚੁੱਕਿਆ। ਪੰਜਾਬ ਦੇ ਵਿੱਚ ਕਹਿੰਦੇ ਪਿੰਡ ਪੱਧਰ ਦੀ ਜਿਹੜੀ ਨੰਬਰ 1 ਟੀਮ ਮੰਨੀ ਗਈ ਹੈ। ਜਸਵੰਤ ਸਿੰਘ ਸਨ ਆਫ ਕਰਮਾ ਦੀਸ਼ੇ ਨੂੰ 100 ਰੁਪਿਆ ਦਿੰਦੇ ਜੀ। ਜਸਵੰਤ ਸਿੰਘ ਸਨ ਆਫ ਕਰਮਾ 100 ਰੁਪਿਆ ਦੀਸ਼ੇ ਦੇ ਜੱਫੇ ਤੋਂ ਖੁਸ਼ ਹੋ ਕੇ। ਲਓ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਇਸ ਵੇਲੇ ਰੇਡਰ ਦਾ। ਮੈਂ ਸਮਾਪਤ ਆ ਜੀ ਰਾਣਾ ਜੀ, ਮੈਂ ਸਮਾਪਤ ਹੋ ਚੁੱਕਿਆ ਹੈ। ਨੋਟ ਕਰ ਲਿਓ ਜੀ, ਚੱਕ ਕਲਾਂ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ। ਚੱਕ ਕਲਾਂ ਦੀ ਟੀਮ ਨੇ ਇਹ ਮੁਕਾਬਲਾ ਜਿਹੜਾ ਜਿੱਤ ਲਿਆ ਹੈ। ਔਰ ਅਗਲੇ ਮੈਚ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ, ਕੁੱਸਾ ਮਾਲਵਾ। ਇਸ ਮੈਚ ਦੇ ਵਿੱਚੋਂ 6 ਪੁਆਇੰਟ ਨੇ ਸੈਦੋਵਾਲ ਦੇ, ਤੇ 14 ਪੁਆਇੰਟ ਰਹੇ ਨੇ ਜੀ ਚੱਕ ਕਲਾਂ ਦੀ ਟੀਮ ਦੇ। ਸੱਭੀ ਗੁੱਸੇ ਵਾਲਾ ਮਹਾਨ ਕਬੱਡੀ ਖਿਡਾਰੀ ਅੱਜ ਕਹਿੰਦੇ ਮਾਲਵੇ ਤੋਂ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਹੈ, ਇਸ ਨੌਜਵਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 15 ਫਰਵਰੀ ਨੂੰ ਕਹਿੰਦੇ ਜੱਗੇ ਚੱਕਰ ਵੱਲੋਂ ਸਵਿਫਟ ਗੱਡੀ ਦਿੱਤੀ ਜਾਣੀ ਹੈ ਸੱਭੀ ਗੁੱਸੇ ਵਾਲੇ ਨੂੰ। ਉਹ ਖਿਡਾਰੀ ਵੀ ਕਹਿੰਦੇ ਪੁੱਜਿਆ ਹੋਇਆ ਹੈ ਆਪਣੀ ਟੀਮ ਦੇ ਨਾਲ। ਮਾਲਵਾ ਗੁੱਸਾ ਮੋਗਾ ਦੀ ਟੀਮ ਨੂੰ ਲੈ ਕੇ ਨੌਜਵਾਨ ਗੱਭਰੂ। ਮਾਲਵਾ ਗੁੱਸਾ ਕਲੱਬ ਤੋਂ ਇਸ ਮੈਚ ਤੋਂ ਬਾਅਦ ਲੱਲੀਆਂ, ਸੌਰੀ, ਇਸ ਮੈਚ ਤੋਂ ਬਾਅਦ ਮੌਸਾ ਵਸੇ ਢੱਡੇ, ਉਹ ਵੀ ਦੋਨੇ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਨੇੜੇ ਆ ਜਾਣ। ਮੌ ਸਾਹਿਬ ਵਰਸੇ ਢੱਡੇ, ਉਹਨਾਂ ਤੋਂ ਬਾਅਦ ਲੱਲੀਆਂ ਵਰਸਜ ਹੁੰਦਲਾਂ। ਇਸ ਮੈਚ ਤੋਂ ਬਾਅਦ ਮੌ ਸਾਹਿਬ ਵਸੇ ਢੱਡੇ, ਉਹ ਵੀ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਨੇੜੇ ਆ ਜਾਣ। ਸਾਢੇ 19 ਜਾਂ 20 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਹੋਊਗੀ। 19.5 ਜਾਂ 20 ਪੁਆਇੰਟ। ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਜੰਡ ਕੋਚ ਨੇ ਕਹਿੰਦੇ ਟੀਮ ਤਿਆਰ ਕੀਤੀ ਹੈ। ਔਰ ਦੂਸਰੇ ਪਾਸੇ ਜੋ ਟੀਮ ਹੈ ਮਾਲਵਾ ਮੋਗੇ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ। ਰੈਫਰੀ ਸਾਹਿਬਾਂ ਨੂੰ ਬੇਨਤੀ ਆ ਕਿ ਜਲਦੀ ਸ਼ੁਰੂ ਕਰਵਾ ਦਿਓ ਮੈਚ, ਆਪਣੇ ਕੋਲ ਮੈਚ ਬਹੁਤ ਆ। ਅੱਧਾ ਨੰਬਰ ਨਹੀਂ ਹੈ। ਅੱਛਾ, ਜੇ ਦੋਨੋਂ ਟੀਮਾਂ ਦੇ 20-20 ਹੋ ਗਏ ਕੋਸ ਆ, ਫਿਰ 5-5 ਕਬੱਡੀ। ਓਕੇ, ਹਾਂ, ਇੱਕ ਦੇ ਤਾਂ ਪਹਿਲਾਂ 20 ਹੋਣੀ ਹੋਣੀ, ਕਿਆ ਬਾਤ, ਪੁਰਾਣੇ ਬੰਦਿਆਂ ਨੂੰ ਤਜਰਬਾ ਹੁੰਦਾ ਹੈ। ਰੈਫਰੀ ਸਾਹਿਬਾਨ ਜਲਦੀ ਮੈਚ ਸ਼ੁਰੂ ਕਰਵਾ ਦਿਓ। ਇਸ ਮੈਚ ਤੋਂ ਬਾਅਦ ਮੌ ਸਾਹਿਬ ਵਰਸੇ ਢੱਡੇ, ਉਹ ਵੀ ਦੋਨੇ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਨੇੜੇ ਆ ਜਾਣ। ਉਹਨਾਂ ਤੋਂ ਬਾਅਦ ਲੱਲੀਆਂ ਵਰਸਿਜ ਹੁੰਦਲਾਂ। ਦੋ ਨੰਬਰ ਦੂਜੇ ਨੰਬਰ ਗਰਾਊਂਡ ਦਾ ਮੈਚ ਹੈ ਜੀ, ਸੌਰੀ, ਦੂਜੇ ਰਾਊਂਡ ਦਾ ਨਾ ਮੈਚ ਇਹ ਢੱਡੇ ਤੇ ਮੌ ਸਾਹਿਬ ਦਾ। ਜੀ ਜੀ ਬਿਲਕੁਲ, ਥੈਂਕ ਯੂ। ਕਿੰਨੇ ਮੈਚ ਹੈ ਜੀ ਸਾਰੇ? 6-7 ਹੈ ਜੀ। 6-7 ਮੈਚ ਲਾ ਲਓ ਜਲਦੀ ਦੇ ਨਾਲ ਹੀ, ਇਹ ਜਿਹੜਾ ਮੈਚ ਹੈ ਸ਼ੁਰੂ ਕਰਵਾ ਦਿਓ। ਇੰਗਲੈਂਡ ਤੋਂ ਸਾਡੇ ਸੁਖਾ ਵੀਰ ਗ੍ਰੇਵਜੈਂਟ ਕਬੱਡੀ ਕਲੱਬ ਵਾਲਾ 200 ਪਾਉਂਡ ਦਾ ਯੋਗਦਾਨ ਉਹਨਾਂ ਨੇ ਪਾਇਆ। ਗੋਗੇ ਉਹਨਾਂ ਦਾ ਕਹਿੰਦੇ ਯੂਕੇ ਤੋਂ 150 ਪਾਉਂਡ ਦਾ ਯੋਗਦਾਨ ਹੈ। ਦੀਪਾ USA ਤੋਂ 15,000 ਦਾ ਯੋਗਦਾਨ। ਜੱਸੀ ਕੈਨੇਡਾ ਤੋਂ 15,000। ਸੀਤਾ ਪੰਡਿਤ 150 ਪਾਉਂਡ।
ਨੇਕਾ ਭਾ 100 ਪਾਉਂਡ ਕਾਲੂ ਯੂਕੇ ਤੋਂ 100 ਪਾਉਂਡ ਅਮਨ ਯੂਕੇ ਚੱਕ ਖੁਰਦ ਤੋਂ ਮੇਰੇ ਵੀਰੋ 100 ਪਾਉਂਡ ਅਮਰਜੀਤ ਸਿੰਘ ਯੂਕੇ 50 ਪਾਉਂਡ ਬੱਬੂ ਜੀ ਸਾਡੇ ਉਹਨਾਂ ਵੱਲੋਂ ਕਹਿੰਦੇ ਇਟਲੀ ਵਾਲਿਆਂ ਵੱਲੋਂ 100 ਪਾਉਂਡ ਔਰ ਨਾਲ ਹੀ ਬਾਬਾ ਬੁਆਲ ਮੇਰੇ ਵੀਰੋ ਉਹਨਾਂ ਵੱਲੋਂ ਵੀ 100 ਪਾਉਂਡ ਤੇ ਮੰਗਾ ਸਰਪੰਚ ਦਾ ਉਹਨਾਂ ਵੱਲੋਂ ਵੀ ਜਿਹੜੇ 100 ਪਾਉਂਡ ਦੇ ਯੋਗਦਾਨ ਆਏ ਹੈ ਕੋਈ ਕੈਨੇਡਾ ਤੋਂ ਯੋਗਦਾਨ ਪਾਉਂਦਾ ਕੋਈ ਇਟਲੀ ਤੋਂ ਕੋਈ ਕਹਿੰਦੇ ਪਾਉਂਦਾ ਯੂਰਪ ਦੇ ਵਿੱਚੋਂ ਮੇਰੇ ਵੀਰੋ ਯੋਗਦਾਨ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਆਓ ਜਲਦੀ ਦੇ ਨਾਲ ਹੀ ਆਪਾਂ ਜਿਹੜਾ ਮੈਚ ਹੈ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਔਰ ਦੂਸਰੇ ਪਾਸੇ ਕੁੱਸਾ ਮੋਗਾ ਦੀ ਟੀਮ ਦੇ ਦਰਮਿਆਨ ਸ਼ੁਰੂ ਕਰਵਾ ਦਿਓ ਸੁੱਖੇ ਦੇ ਕਹਿੰਦੇ ਸੱਦੇ ਤੇ ਅੱਜ ਟੀਮ ਜਿਹੜੀ ਪੁੱਜੀ ਹੋਈ ਹੈ ਗਰੇਵ ਜੰਡ ਵਾਲੇ ਦੇ ਸੱਦੇ ਤੇ ਜਿਹੜੀ ਟੀਮ ਹੈ ਉਹ ਅੱਜ ਕੁੱਸੇ ਦੀ ਟੀਮ ਸਭੀ ਹੁਣੀ ਲੈ ਕੇ ਪੁੱਜੇ ਹੋਏ ਹੈ ਇਸ ਟੀਮ ਦੇ ਵਿੱਚ ਵੀ ਵੱਡੇ ਸਟਾਰ ਨੇ ਜਿਹੜੇ ਖੇਡ ਮੈਦਾਨ ਦੇ ਵਿੱਚ ਖੇਡ ਰਹੇ ਹੈ ਜਿਵੇਂ ਇੱਧਰ ਦੀ ਟੀਮ ਹੈ ਮੇਰੇ ਵੀਰੋ ਬਾਬਾ ਮੁਰਾਦ ਸ਼ਾਹ ਦੀ ਇਹ ਵੀ ਸਿਰੇ ਦੀ ਟੀਮ ਹੈ ਔਰ ਦੂਸਰੇ ਪਾਸੇ ਕੁੱਸਾ ਮੋਗਾ ਦੀ ਟੀਮ ਉਹ ਵੀ ਖੇਡ ਮੈਦਾਨ ਦੇ ਵਿੱਚ ਜਿਹੜੀ ਸਿਰੇ ਦੀ ਮੇਰੇ ਵੀਰੋ ਪੁੱਜੀ ਹੋਈ ਹੈ ਲਓ ਮੈਂ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਮੇਰੇ ਵੀਰੋ ਆਹ ਨੌਜਵਾਨ ਦਾ ਕਹਿੰਦੇ ਟਿੱਬਾ ਪਿੰਡ ਹੈ ਇਸ ਵੇਲੇ ਬੰਟੀ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਕੰਨੀ ਤੇ ਚਿੱਟੀ ਨੀਕਰ ਦੇ ਵਿੱਚ ਕੀਪਾ ਭੂੰਦੜ ਵਾਲਾ ਕਹਿੰਦੇ ਮੰਨਿਆ ਪਰਮੰਨਿਆ ਜਾਫੀ ਮਾਲਵੇ ਦਾ ਔਰ ਦੂਜੇ ਪਾਸੇ ਫੌਜੀ ਚੀਮੇ ਯੋਧਪੁਰ ਦਾ ਪਰ ਆਇਆ ਨੌਜਵਾਨ ਨਿੰਮਾ ਕਹਿੰਦੇ ਕੋਟ ਸੁਖੀਏ ਪਿੰਡ ਦਾ ਜਫਾ ਨਹੀਂ ਲਾ ਸਕਿਆ ਤੇ ਪਹਿਲਾ ਪੁਆਇੰਟ ਕਹਿੰਦੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੇ ਹਿੱਸੇ ਜੁੜਦਾ ਹੋਇਆ ਕਾਲੇ ਧਨੌਲੇ ਵਾਲੇ ਦਾ ਨਾਂ ਚੱਲਦਾ ਖੇਡ ਮੈਦਾਨਾਂ ਅੰਦਰ ਨਵੰਬਰ ਦੇ ਮਹੀਨੇ ਦੇ ਵਿੱਚ ਕਹਿੰਦੇ ਧੂਰਕੋਟ ਦੇ ਕੱਪ ਤੋਂ ਲੰਡੀ ਜੀਪ ਦਾ ਜੇਤੂ ਰਿਹਾ ਹੈ ਇਹ ਹੈ ਨੌਜਵਾਨ ਸੁਖਜਿੰਦਰ ਸਿੰਘ ਕਾਲਾ ਧਨੌਲੇ ਵਾਲਾ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਚਾਰਾਂ ਜਾਫਿਆਂ ਦੇ ਵਿੱਚੋਂ ਲੱਕੀ ਥਾਪੜ ਕੇ ਵਾਲਾ ਮੇਰੇ ਵੀਰੋ ਜਫਾ ਲਾ ਪਾਊ ਕਿ ਨਹੀਂ ਪਰ ਕਾਲਾ ਧਨੌਲੇ ਵਾਲਾ ਕਹਿੰਦੇ ਇਸ ਵੇਲੇ ਲੱਖਾਂ 'ਚ ਪਾਉਣ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਕਹਿੰਦੇ ਮਾਲਵਾ ਕੁੱਸੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਕੁੱਸਾ ਪਿੰਡ ਗੁਰਮੀਤ ਹੋਣਾ ਦਾ ਪਿੰਡ ਹੈ ਕੁੱਸਾ ਪਿੰਡ ਕਹਿੰਦੇ ਸੱਭੀ ਦਾ ਪਿੰਡ ਹੈ ਕੁੱਸਾ ਪਿੰਡ ਕਹਿੰਦੇ ਕੋਮਲ ਹੋਣਾ ਦਾ ਪੀਤੇ ਹੋਣਾ ਦਾ ਪਿੰਡ ਹੈ ਪਰ ਸਾਹਮਣੇ ਨੌਜਵਾਨ ਗੱਭਰੂ ਇਸ ਵੇਲੇ ਜਫਾ ਲਾ ਪਾਊ ਕਿ ਨਹੀਂ ਨਿੰਮਾ ਕੋਟ ਸੁਖੀਏ ਵਾਲਾ ਪਰ ਪੁਆਇੰਟ ਕਹਿੰਦੇ ਇਸ ਵੇਲੇ ਨੌਜਵਾਨ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਅਮਨ ਸੰਧੂ ਚੱਠੇ ਵਾਲਾ ਮੇਰੇ ਵੀਰੋ ਜਿੱਥੋਂ ਦਾ ਕਹਿੰਦੇ ਨੌਜਵਾਨ ਮੇਰੇ ਵੀਰੋ ਮਨੀ ਹੈ ਉਸੇ ਪਿੰਡ ਦੇ ਭਿੰਦੇ ਉਹਨਾਂ ਦੀ ਗੱਲ ਹੈ ਪਰ ਜੱਗੀ ਭੁੰਦੜ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 7 ਮੋਟਰਸਾਈਕਲ ਤੇ 1 ਨੁਕਰੇ ਘੋੜੇ ਦਾ ਜੇਤੂ ਹੈ ਕਹਿੰਦੇ ਮਾਲਵੇ ਦੇ ਟੂਰਨਾਮੈਂਟਾਂ ਤੋਂ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਨੂੰ ਆਪਾਂ ਸਿੱਖੀ ਸਰੂਪ ਦੇ ਵਿੱਚ ਦੇਖਾਂਗੇ ਭੂੰਦੜ ਪਿੰਡ ਕਹਿੰਦੇ ਰਾਮਪੁਰਾ ਮੰਡੀ ਦੇ ਲਾਗੇ ਹੈ ਮੇਰੇ ਵੀਰੋ ਉਸੇ ਪਿੰਡ ਦਾ ਨੌਜਵਾਨ ਇਹ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਲਓ ਪੁਆਇੰਟ ਜਿਹੜਾ ਇਸ ਵੇਲੇ ਸੀਪਾ ਸਿੰਘਪੁਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁਆਇੰਟ ਕਹਿੰਦੇ ਇਸ ਵੇਲੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੇ ਹਿੱਸੇ ਜਾ ਜੁੜਿਆ ਭੁੱਚੋ ਵਾਲਾ ਤਲਵਿੰਦਰ ਮੇਰੇ ਵੀਰੋ ਕਬੱਡੀ ਪਾ ਰਿਹਾ ਇੱਕ ਪਾਸੇ ਜਿੰਦਰ ਰੱਕੜਾਂ ਵਾਲਾ ਹੈ ਦੂਜੇ ਪਾਸੇ ਕਹਿੰਦੇ ਸ਼ਕਤੀਮਾਨ ਸੰਘਵਾਲ ਪਿੰਡ ਦਾ ਔਰ ਵਿਚਕਾਰ ਲੱਕੀ ਆਓ ਸਾਹਮਣੇ ਸ਼ਕਤੀਮਾਨ ਦੇ ਨਾਲ ਮੁਕਾਬਲਾ ਹੋ ਚੁੱਕਿਆ ਜੇ ਜੱਫੇ ਦਾ ਸਵਾਦ ਆ ਰਿਹਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਆ ਕਹਿੰਦੇ ਚੱਕ ਕਲਾਂ ਦਾ ਖੇਡ ਮੇਲਾ ਜਿਸ ਖੇਡ ਮੇਲੇ ਦੇ ਵਿੱਚ ਦੁਨੀਆ ਦੇ ਮੰਨੇ ਪਰਮੰਨੇ ਖਿਡਾਰੀ ਜਿਹੜੇ ਖੇਡਦੇ ਨਜ਼ਰ ਆ ਰਹੇ ਹੈ ਪਲਵਿੰਦਰ ਸਿੰਘ ਇਹ ਹੈ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਾਲੇ ਸੰਘੇ ਪਿੰਡ ਦਾ ਘੁੱਦੇ ਦਾ ਵੀਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਲਵਿੰਦਰ ਸਿੰਘ ਕਾਲੇ ਸੰਘਿਆਂ ਵਾਲਾ ਉੱਧਰ ਨੌਜਵਾਨ ਫੌਜੀ ਚੀਮੇ ਯੋਧਪੁਰ ਵਾਲਾ ਮੇਰੇ ਵੀਰੋ ਚੀਮਾ ਯੋਧਪੁਰ ਕਹਿੰਦੇ ਬਰਨਾਲੇ ਦੇ ਲਾਗੇ ਹੈ ਤੇ ਕਾਲੇ ਸੰਘੇ ਮੇਰੇ ਵੀਰੋ ਇੱਧਰ ਕਹਿੰਦੇ ਮੇਰੇ ਵੀਰੋ ਜਦੋਂ ਨਕੋਦਰ ਤੋਂ ਕਪੂਰਥਲੇ ਨੂੰ ਜਾਈਦਾ ਤੇ 17 ਕਿਲੋਮੀਟਰ ਦੀ ਦੂਰੀ ਹੈ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਪਿੰਡ ਹੈ ਲਓ ਫੌਜੀ ਤੇ ਦੂਜੇ ਪਾਸੇ ਪਲਵਿੰਦਰ ਪਲਵਿੰਦਰ ਤੇ ਫੌਜੀ ਮੁਕਾਬਲਾ ਸਖਤ ਉੱਡੀ ਹੋਈ ਧੂੜ ਤਾੜੀ ਜ਼ਰੂਰ ਮਾਰ ਰਹੇ ਦਰਸ਼ਕ ਵੀਰ ਪੁਆਇੰਟ ਕਹਿੰਦੇ ਫੌਜੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਇਸ ਵੇਲੇ ਸਟਾਪਰ ਦਾ ਆ ਨੌਜਵਾਨ ਦਾ ਗੁਰੂ ਗੋਬਿੰਦ ਸਿੰਘ ਮਾਰਗ ਤੇ ਮੇਰੇ ਵੀਰੋ ਦੀਨਾ ਸਾਹਿਬ ਦੇ ਲਾਗੇ ਖਾਈ ਪਿੰਡ ਹੈ
ਦੀਨਾ ਸਾਹਿਬ ਦੇ ਵਿੱਚ ਬੈਠ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਫਰਨਾਮਾ ਸਾਹਿਬ ਲਿਖਿਆ ਤੇ ਜਿਸ ਜਫਰਨਾਮੇ ਨੂੰ ਪੜ੍ਹ ਕੇ ਕਹਿੰਦੇ ਔਰੰਗਜ਼ੇਬ ਜਿੱਦਾਂ ਜਿੱਦਾਂ ਪੜ੍ਹਦਾ ਗਿਆ ਤੇ ਉਦਾਂ ਉਦਾਂ ਕਹਿੰਦੇ ਉਹਦੇ ਜਿਹੜੀ ਜਾਨ ਹੈ ਉਹ ਨਿਕਲਦੀ ਗਈ ਹੈ। ਇਹ ਉਸ ਇਲਾਕੇ ਦਾ ਮੇਰੇ ਵੀਰੋ ਕਲਗੀਆਂ ਵਾਲੇ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਕੇ ਪੜ੍ਹਨ ਲੱਗ ਕੇ ਵਾਪਸ ਜਾਂਦਾ ਹੋਇਆ। ਚੱਲ ਵੀ ਬੰਟੀ ਪਾ ਵੀ ਕਬੱਡੀ ਨੌਜਵਾਨ ਹੈ, ਤੈਨੂੰ ਚਾਰ ਜਾਫੀ ਉਡੀਕਦੇ ਹੈ। ਬਸੰਤ ਭਲੂਰ ਵਾਲਾ ਵੀ ਕਹਿੰਦੇ ਪ੍ਰਸਿੱਧ ਜਾਫੀ ਹੈ, ਦੂਜੇ ਪਾਸੇ ਕੀਪਾ ਭੁੰਦੜ ਵੀ ਬਿਲਕੁਲ ਤਿਆਰ ਵਰ ਤਿਆਰ ਹੈ ਤੇ 45ਵਾਂ ਖੇਡ ਮੇਲਾ ਜਿਹੜਾ ਕਹਿੰਦੇ ਅੱਜ ਚੱਕ ਕਲਾਂ ਦੀ ਖੇਡ ਗਰਾਊਂਡ ਅੰਦਰ ਉਹ ਖੇਡਿਆ ਜਾ ਰਿਹਾ ਹੈ ਤੇ ਕੀਪਾ ਭੁੰਦੜ ਵਾਲਾ ਮੇਰੇ ਵੀਰੋ ਇਹ ਹੈ ਨੌਜਵਾਨ ਟਰੈਕਟਰ ਦਾ ਜੇਤੂ ਮੇਰੇ ਵੀਰੋ, ਚੜਕ ਦੇ ਮੇਲੇ ਦੇ ਕਹਿੰਦੇ ਟਰੈਕਟਰ ਦਾ ਜੇਤੂ ਹੈ ਨੌਜਵਾਨ ਕੀਪਾ ਭੁੰਦੜ ਵਾਲਾ, ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਅਗਲੀ ਰੇਡ ਧਨੌਲੇ ਵਾਲੇ ਕਾਲੇ ਦੀ ਮੇਰੇ ਵੀਰੋ ਸੁਖਜਿੰਦਰ ਸਿੰਘ, ਯੂਰਪ ਦੇ ਵਿੱਚ ਰਿਹਾ ਇੱਕ ਸਾਲ ਪਰ ਪੇਪਰ ਨਹੀਂ ਮਿਲੇ, ਵਾਪਸ ਆਉਣਾ ਪਿਆ ਤੇ ਜਦ ਵਾਪਸ ਆਇਆ ਤੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਨੌਜਵਾਨ ਦਾ ਨਾਂ ਚੱਲਦਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ। ਲਓ ਕਾਲਾ ਧਨੌਲੇ ਵਾਲਾ ਭਿੰਦੇ ਦਾ ਵੀਰ, ਲਓ ਬਿੱਲੀ ਦੇ ਨਾਲ ਮੁਕਾਬਲਾ ਹੈ, ਇੱਕ ਪਾਸੇ ਮੁੱਠੀ ਭਰ ਸਰੀਰ ਹੈ, ਦੂਜੇ ਪਾਸੇ ਕਹਿੰਦੇ ਚੜ੍ਹਦੀ ਵਰੇਸ ਦਾ ਮੁੱਛ ਫੁੱਟ ਗੱਭਰੂ, ਪਾਪਾ ਰੇਡਾ ਮੇਲਾ ਲੈਂਦਾ ਲੁੱਟ ਗੱਭਰੂ, ਪਾਪਾ ਰੇਡਾ ਮੇਲਾ ਲੈਂਦਾ ਲੁੱਟ ਗੱਭਰੂ। ਅੱਜ ਕਹਿੰਦੇ ਸਿਰੇ ਦੇ ਮੁਕਾਬਲੇ ਜਿਹੜੇ ਇਸ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਆ। ਅੱਜ ਕਹਿੰਦੇ ਦੁਆਬੇ ਦੇ ਵਿੱਚ ਮੇਲਾ ਚੱਲ ਰਿਹਾ ਚੱਕ ਕਲਾਂ ਦੇ ਵਿੱਚ ਮੇਰੇ ਵੀਰੋ, ਅੱਜ ਮਾਝੇ ਦੇ ਖਿਡਾਰੀ ਵੀ ਪੁੱਜੇ ਹੋਏ ਹੈ, ਅੱਜ ਕਹਿੰਦੇ ਮਾਲਵੇ ਦੇ ਖਿਡਾਰੀ ਵੀ ਪੁੱਜੇ ਹੋਏ ਹੈ। ਇਹ ਹੈ ਖੇਡਾਂ, ਪੂਰੇ ਪੰਜਾਬ ਭਰ ਦੇ ਜਿਹੜੇ ਮੰਨੇ ਪਰਮੰਨੇ ਖਿਡਾਰੀ ਮੇਰੇ ਵੀਰੋ ਉਹ ਚੱਕ ਕਲਾਂ ਦੀ ਇਸ ਖੇਡ ਗਰਾਊਂਡ ਅੰਦਰ ਪੁੱਜੇ ਹੋਏ ਹੈ। ਲਓ ਬੱਬੂ ਭੁੰਦੜ ਵਾਲਾ ਤੇ ਇਹ ਹੈ ਨੌਜਵਾਨ ਗੱਭਰੂ ਇਸ ਵੇਲੇ ਮੇਰੇ ਵੀਰੋ ਲੰਬੜ ਸੰਧੂ ਚੱਕੇ ਪਿੰਡ ਦਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਚੱਲ ਵੀ ਜੱਗੀ ਭੁੰਦੜ ਵਾਲਿਆ ਪਾ ਵੀ ਕਬੱਡੀ ਨੌਜਵਾਨ ਹੈ, ਉਧਰ ਸਾਡਾ ਵੀਰ ਪਿਰਤਾ ਵੀ ਅਗਲੇ ਮੁਕਾਬਲੇ ਦੇ ਲਈ ਤਿਆਰ ਹੋਵੇਗਾ। ਲਓ ਸਾਹਮਣੇ ਵੇਖਦਾ ਨੌਜਵਾਨ ਜੱਗੀ ਭੁੰਦੜ ਦੀ ਪੈਂਦੀ ਹੋਈ ਰੇਡ, ਸੰਘਵਾਲ ਪਿੰਡ ਕਹਿੰਦੇ ਨੌਜਵਾਨ ਦਾ। ਲਓ ਵੀ ਦਰਸ਼ਕ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ਕਤੀਮਾਨ ਸੰਘਵਾਲ ਵਾਲੇ ਦੇ ਲਈ, ਕਹਿੰਦੇ ਐਨ ਸਿਰੇ ਦੀ ਖੇਡ ਦਿਖਾ ਰਿਹਾ। ਇਹ ਹੈ ਸ਼ਕਤੀਮਾਨ ਸੰਘਵਾਲ ਪਿੰਡ ਦਾ, ਭਾਵੇਂ ਕੱਦ ਛੋਟਾ ਹੈ ਭਾਵੇਂ ਵਜਨ ਥੋੜਾ ਹੈ ਪਰ ਕਹਿੰਦੇ ਵੱਡੇ ਵੱਡੇ ਧਾਵੀਆਂ ਨੂੰ ਜੱਫੇ ਲਾਉਂਦਾ ਹੈ। ਇਹ ਹੈ ਸ਼ਕਤੀਮਾਨ ਸੰਘਵਾਲ ਪਿੰਡ ਦਾ, ਜੰਡ ਕੋਚ ਦੀ ਟੀਮ ਦੇ ਲਈ ਪੁਆਇੰਟ, ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੇ ਲਈ ਜੋੜਦਾ ਹੋਇਆ ਨੌਜਵਾਨ। ਰਵੀ ਦੇ ਵੱਡੇ ਵੀਰ ਵੱਲੋਂ ਸ਼ਕਤੀਮਾਨ ਦੇ ਲਈ 200 ਦੇ ਮਾਨ ਸਨਮਾਨ ਜਿਹੜੇ ਪੁੱਜੇ ਹੈ, ਬਹੁਤ ਬਹੁਤ ਧੰਨਵਾਦ ਹੈ। ਇਹ ਹੈ ਸੀਪਾ ਸਿੰਘਪੁਰੀਆ, ਸੀਪਾ ਪਰਸੋਂ ਚੌਥ ਜਿਹੜਾ ਮੋਟਰਸਾਈਕਲ ਜਿੱਤਿਆ ਤੇ ਉਹ ਦੱਸੀ ਵੀ ਨੌਜਵਾਨ ਹੈ ਕਿਹੜੇ ਪਿੰਡ ਦੇ ਵਿੱਚੋਂ ਜਿੱਤਿਆ, ਫਰਾਲੇ ਦੇ ਵਿੱਚੋਂ ਕਹਿੰਦੇ ਮੋਟਰਸਾਈਕਲ ਦਾ ਜੇਤੂ ਰਿਹਾ ਮੇਰੇ ਵੀਰ, ਫਰਾਲੇ ਦੇ ਪਿੰਡ ਤੋਂ ਇਹ ਨੌਜਵਾਨ ਮੋਟਰਸਾਈਕਲ ਦਾ ਜੇਤੂ ਰਿਹਾ ਸੀਪਾ ਸਿੰਘਪੁਰੀਆ। ਕੋਈ ਵੀਰ ਪਿੰਡ ਵਾਲਾ ਕਹਿੰਦਾ ਕੋਈ ਸਿੰਘਪੁਰੀਆ ਕਹਿੰਦਾ, ਪਰ ਜਿੰਦਰ ਰੱਕੜਾਂ ਵਾਲਾ ਇਸ ਵੇਲੇ ਕਹਿੰਦੇ ਜਫਾ ਲਾਭ ਪਾਊ ਕਿ ਨਹੀਂ, ਇੱਕ ਪਾਸੇ ਨੌਜਵਾਨ ਜਿੰਦਰ ਤੇ ਦੂਜੇ ਪਾਸੇ ਤਲਵਿੰਦਰ। ਵਾਹ, ਉਹ ਤਲਵਿੰਦਰ ਭੁੱਚੋ ਵਾਲਿਆ ਜ਼ਿਲ੍ਹੇ ਬਠਿੰਡੇ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਕੇ ਪਾਉਣ ਲੈ ਕੇ ਵਾਪਸ ਜਾਂਦਾ ਹੋਇਆ। ਟਿੱਬੇ ਵਾਲਾ ਨੌਜਵਾਨ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਇਹ ਟਿੱਬੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਨੇ ਕਿ 100 ਚਾਰਾਂ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਨੌਜਵਾਨ ਬਸੰਤ ਭਲੂਰ ਵਾਲਾ ਇਹ ਵੀ ਬਜਨੀ ਕਬੱਡੀ ਖੇਡਦਾ ਖੇਡਦਾ ਕਹਿੰਦੇ ਓਪਨ ਦੇ ਵਿੱਚ ਆ ਗਿਆ ਤੇ ਓਪਨ ਦੇ ਵਿੱਚ ਵਧੀਆ ਪਲੇਅਰਾਂ ਦੇ ਵਿੱਚ ਨਾਂ ਆਉਂਦਾ ਹੈ, ਪਰ ਬੰਟੀ ਨੌਜਵਾਨ ਟਿੱਬੇ ਵਾਲਾ ਇਸ ਵੇਲੇ ਆਪਣੀ ਟੀਮ ਦੇ ਲਈ 1 ਲੱਖਾਂ 'ਚ ਪੁਆਇੰਟ ਦਾ ਵਾਧਾ ਕਰਦਾ ਹੋਇਆ। ਮੌ ਸਾਹਿਬ ਵਰਸ ਕਿਹੜੀ ਟੀਮ, ਮੌ ਸਾਹਿਬ ਦੇ ਨਾਲ ਸੈਕਟਰੀ ਸਾਹਿਬ, ਮੌ ਸਾਹਿਬ ਦੇ ਨਾਲ ਕਿਹਦਾ ਮੈਚ ਜੀ? ਟੰਡੇ ਜੀ, ਮੌ ਸਾਹਿਬ ਦੇ ਟੰਡੇ। ਮੌ ਸਾਹਿਬ ਵਰਸ ਟੰਡੇ ਦੀਆਂ ਟੀਮਾਂ ਗਰਾਊਂਡ ਦੇ ਵੱਲ ਆ ਜਾਣ, ਉਸ ਤੋਂ ਬਾਅਦ ਲੱਲੀਆਂ ਤੇ ਹੁੰਦਲ, ਉਸ ਤੋਂ ਬਾਅਦ ਲੱਲੀਆਂ ਤੇ ਹੁੰਦਲ, ਇਹ ਵੀ ਦੋ ਟੀਮਾਂ ਤਿਆਰ ਹਨ। ਇਸ ਮੈਚ ਤੋਂ ਬਾਅਦ ਮੌ ਸਾਹਿਬ ਤੇ ਟੰਡੇ, ਉਹਦੇ ਨਾਲ ਹੀ ਬਾਅਦ ਲੱਲੀਆਂ ਤੇ ਹੁੰਦਲ। ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ ਜੀ, ਬੜੀ ਮਿਹਰਬਾਨੀ ਹੋਵੇਗੀ। ਮੂੰਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ, ਬੜੀ ਮਿਹਰਬਾਨੀ ਹੋਵੇਗੀ। ਲਓ ਕੀਪਾ ਆ ਜਾਫੀ ਕਹਿੰਦੇ ਜਦੋਂ ਗੁੱਟ ਫੜ ਲੈਣਾ ਤੇ ਫੇਰ ਨਹੀਂ ਮੇਰੇ ਵੀਰੋ ਛੱਡਦਾ, ਉਹ ਵੇਖਦਾ ਵੀ ਹੁਣ ਕਿਹੋ ਜੀ ਗੱਲ ਬਣਦੀ ਆ, ਲਾਗਾ ਰੋਪੜੀਆ ਜਿੰਦਾ ਵੀ ਦਿੰਦੇ ਮੇਰੇ ਵੀਰੋ। ਲਓ ਸਾਹਮਣੇ ਵੇਖਦਾ ਵੀ ਇਸ ਵੇਲੇ ਐਨ ਕੀਪੇ ਭੁੰਦੜ ਵਾਲੇ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ। 500 ਰੁਪਇਆ ਸੁੱਖੇ ਵੱਲੋਂ ਕਹਿੰਦੇ ਇਸ ਨੌਜਵਾਨ ਜਾਫੀ ਦੇ ਲਈ ਆਇਆ, ਬਹੁਤ ਬਹੁਤ ਧੰਨਵਾਦ ਹੈ। ਲੰਬੜ ਸੰਧੂ ਚੱਠੇ ਵਾਲੇ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਕਿ ਲਿਸ਼ਕਦੇ ਨੇ ਪਿੰਡੇ ਭੈਣ ਪੱਟਾਂ ਵਿੱਚ ਘੁੱਗੀਆਂ, ਸਾਨਾ ਵਾਲੇ ਭੇਡ ਵਿੱਚ ਤਾਕਤਾਂ ਨੇ ਗੁੱਝੀਆਂ, ਸਾਨਾ ਵਾਲੇ ਭੇਡ ਵਿੱਚ ਤਾਕਤਾਂ ਨੇ ਗੁੱਝੀਆਂ।
ਸਾਨਾ ਦਾ ਭੇੜ ਹੈ ਕੁੰਡੀਆਂ ਦੇ ਸਿੰਘ ਫਸਣ ਨਾਲੋਂ ਵੱਡੀ ਗੱਲ ਹੈ ਜ਼ਿਲ੍ਹੇ ਬਰਨਾਲੇ ਦਾ ਕਹਿੰਦੇ ਧਨੌਲੇ ਵਾਲਾ ਕਾਲਾ ਇਸ ਵੇਲੇ ਲੱਖਾਂ 'ਚ ਪੁਆਇੰਟ ਦਾ ਵਾਧਾ ਕਰਦਾ ਹੋਇਆ ਹੈ ਕੁੱਸਾ ਮੋਗੇ ਦੀ ਟੀਮ ਦੇ ਲਈ ਸੁੱਖਾ ਜੀਤਾ ਤੇ ਸੋਢੀ ਵੱਲੋਂ ਜਿੰਨੇ ਵੀ ਜੱਫੇ ਕਹਿੰਦੇ ਲੱਗਣਗੇ ਮਾਲਵੇ ਮੋਗੇ ਦੀ ਟੀਮ ਵੱਲੋਂ ਉਹਨੇ 500 ਦੇ ਮਾਨ ਸਨਮਾਨ ਜਿਹੜੇ ਦਿੱਤੇ ਜਾਣਗੇ ਬੜੀ ਮਿਹਰਬਾਨੀ ਸੀਪਾ ਸਿੰਘਪੁਰੀਆ ਪਰ ਰੌਲੀ ਵਾਲਾ ਮੀਤਾ ਕਹਿੰਦੇ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਨੇ ਇਸੇ ਜਾ ਜੁੜਿਆ 3 ਮਾਰਚ ਨੂੰ ਕਹਿੰਦੇ ਇਸੇ ਹੀ ਗਰਾਊਂਡ ਦੇ ਵਿੱਚ ਛਿੰਝ ਪਵਾਈ ਜਾਣੀ ਮੇਰੇ ਵੀਰੋ ਜਿੱਥੇ ਦੁਨੀਆਂ ਦੇ ਮਹਾਨ ਖਿਡਾਰੀ ਪੁੱਜੇ ਹੋਏ ਹੈ ਉੱਥੇ ਦੁਨੀਆਂ ਦੇ ਮੰਨੇ ਪ੍ਰਮੰਨੇ ਜਿਹੜੇ ਪੰਜਾਬ ਦੇ ਪਹਿਲਵਾਨ ਉਹ ਵੀ ਪੁੱਜਣਗੇ ਉਹ ਵੀ ਵੇਖਣ ਯੋਗ ਹੋਣੀ ਛਿੰਝ ਮੇਰੇ ਵੀਰੋ ਪਰ ਇਹ ਹੈ ਜੱਗੀ ਭੁੰਦੜ ਵਾਲਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਆਹ ਸਾਹਮਣੇ ਸ਼ਕਤੀਮਾਨ ਸ਼ਕਤੀ 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 ਸ਼ਕਤੀਮਾਨ ਵਾਹ ਸ਼ਕਤੀਮਾਨ ਜੇ ਤੇ ਜੱਫੇ ਦਾ ਆਇਆ ਨਾ ਸਵਾਦ ਇੱਕ ਵਾਰੀ ਕਹਿ ਗੱਡਵੀਂ ਤਾੜੀ ਮਾਰ ਕੇ ਦੱਸ ਦਿਓ ਮੇਰੇ ਵੀਰੋ ਲਓ ਇਹ ਹੈ ਸ਼ਕਤੀਮਾਨ ਸੰਭਾਲ ਵਾਲਾ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਸੰਘਵਾਲ ਪਿੰਡ ਹੈ ਮੇਰੇ ਵੀਰੋ ਸਰਦਾਰ ਬੰਤਾ ਸਿੰਘ ਸੰਘਵਾਲ ਚੌਂਕ ਦੀਆਂ ਗੱਲਾਂ ਹੁੰਦੀਆਂ ਜਦੋਂ ਕਹਿੰਦੇ ਪਠਾਨਕੋਟ ਨੂੰ ਜਾਈਦਾ ਜਲੰਧਰ ਤੋਂ ਤੇ ਰਸਤੇ ਦੇ ਵਿੱਚ ਪਿੰਡ ਪੈਂਦਾ ਹੈ ਪਰ ਵੇਖਦਾ ਵੀ ਬੰਟੀ ਟਿੱਬੇ ਵਾਲਾ ਇਸ ਵੇਲੇ ਨੌਜਵਾਨ ਕਬੱਡੀ ਪਾ ਰਿਹਾ ਨੌਜਵਾਨ ਨਿੰਮਾ ਕੋਟ ਸੁਖੀਏ ਵਾਲਾ ਜੱਫਾ ਲਾਊ ਕਿ ਨਹੀਂ ਪਰ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਤਲਵਿੰਦਰ ਭੁੱਚੋ ਵਾਲੇ ਦੀ ਪੈਂਦੀ ਹੋਈ ਰੇਡ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਵੇਖਦਾ ਨੌਜਵਾਨ ਸ਼ਕਤੀਮਾਨ ਤਿਆਰ ਹੈ ਲੱਕੀ ਥਾਪੜ ਕੇ ਦਾ ਤਿਆਰ ਹੈ ਬਿੱਲੀ ਤਿਆਰ ਹੈ ਰੱਕੜਾ ਵਾਲੇ ਜਿੰਦਰ ਨੂੰ ਕਹਿੰਦੇ ਟੱਚ ਕਰਕੇ ਨੌਜਵਾਨ ਭਜਦਾ ਹੋਇਆ ਇਹ ਹੈ ਗਭਰੂ ਤਲਵਿੰਦਰ ਭੁੱਚੋ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ 1 ਲੱਖਾਂ 'ਚ ਪੁਆਇੰਟ ਦਾ ਵਾਧਾ ਕਰ ਰਿਹਾ ਚੱਲ ਵੀ ਸੰਧੂ ਚਿੱਠੇ ਵਾਲਿਆ ਪਾ ਵੀ ਕਬੱਡੀ ਨੌਜਵਾਨ ਹੈ ਇਹ ਹੈ ਲੰਬੜ ਮੇਰੇ ਵੀਰੋ ਸੰਧੂ ਚੱਠਾ ਪਿੰਡ ਹੈ ਇਸ ਨੌਜਵਾਨ ਦਾ ਇਸ ਵੇਲੇ ਗਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤੇ ਸਾਹਮਣੇ 4 ਨੇ ਕੀਪਾ ਭੁੰਦੜ ਵਾਲਾ ਕਹਿੰਦੇ ਮੰਨਿਆ ਪ੍ਰਮੰਨਿਆ ਖਿਡਾਰੀ ਇਸ ਵੇਲੇ ਜੱਫਾ ਲਾ ਪਾਊ ਕਿ ਨਹੀਂ ਇਹ ਸਮੇਂ ਦੀ ਗੱਲ ਹੋਣੀ ਹੈ ਇੱਕ ਪਾਸੇ ਨੌਜਵਾਨ ਕੀਪਾ ਤੇ ਦੂਜੇ ਪਾਸੇ ਲੰਬੜ ਲੰਬੜ ਤੇ ਕੀਪਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਟੱਕਰ ਲਓ ਇੱਕ ਦਾ ਜ਼ੋਰ ਤੇ ਪਰ ਪੁਆਇੰਟ ਜਿਹੜਾ ਹੈ ਲੰਬੜ ਸੰਧੂ ਚੱਠੇ ਵਾਲਾ ਜੇ ਮੈਚ ਵਧੀਆ ਲੱਗ ਰਿਹਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਲਈ ਕਿਉਂਕਿ ਕੋਈ ਜ਼ਿਆਦਾ ਫਰਕ ਨਹੀਂ ਦੋਨੋਂ ਟੀਮਾਂ ਦੇ ਚੱਲਦੇ ਹੋਏ ਮੈਚ ਦਾ ਇੱਕ ਅੱਧੇ ਜੱਫੇ ਦਾ ਜਿਹੜਾ ਫਰਕ ਹੋਣਾ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਸਟੇਜ ਤੇ ਬਿਰਾਜਮਾਨ ਸਾਰੀਆਂ ਮਾਣਯੋਗ ਸ਼ਖਸੀਅਤਾਂ ਲਓ ਸਾਹਮਣੇ ਮੀਤ ਖਾਈ ਵਾਲਾ ਲੱਕੀ ਥਾਪੜ ਕੇ ਪਿੰਡ ਦਾ ਇਸ ਵੇਲੇ ਜੱਫਾ ਲਾਉਂਦਾ ਹੈ ਤੇ ਰਾਣਾ ਜੀ ਬਨਮਾਲੀਪੁਰ ਵਾਲੇ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਫੈਸਲਾ ਕਰਦੇ ਹੋਏ ਵੀ ਪੁਆਇੰਟ ਜਿਹੜਾ ਇਸ ਵੇਲੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਸੀਪਾ ਸਿੰਘਪੁਰੀ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਬੱਡੀ 365.com ਤੇ ਜਿੰਨੀ ਵੀ ਸੰਗਤ ਜੁੜੀ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੇ ਕਹਿੰਦੇ ਫੇਸਬੁੱਕ ਦੇ ਜ਼ਰੀਏ ਮੰਨਾ ਪੁੱਜਿਆ ਹੋਇਆ ਕਬੱਡੀ ਮੇਰੀ ਜਿੰਦ ਜਾਨ ਪੇਜ ਵਾਲਾ ਉਹ ਵੀ ਕਹਿੰਦੇ ਲਾਈਵ ਅਪਡੇਟਸ ਚੱਲ ਰਹੀ ਹੈ ਗੱਲ ਕੀਤੀ ਹੋਣੀ ਵੀ ਹੁਣ ਜਿਹੜਾ ਜੱਫਾ ਹੈ ਇਹ ਰੌਲੀ ਵਾਲੇ ਮੀਤੇ ਦਾ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਹੈ ਰੌਲੀ ਪਿੰਡ ਕਹਿੰਦੇ ਮੀਤੇ ਦਾ ਨੌਜਵਾਨ ਦਾ ਇਸ ਵੇਲੇ ਜੱਫਾ ਲਾਉਂਦਾ ਹੋਇਆ ਸਿੰਘਪੁਰੀਏ ਸੀਪੇ ਨੂੰ ਪਰ 30 ਸੈਕਿੰਡ ਦਾ ਸਮਾਂ ਮੰਗੇ ਨਾਗ ਦੀ ਵਿਸਲ ਦਾ ਫੈਸਲਾ ਉਧਰ ਹੂਟਰ ਵੀ ਵੱਜ ਗਿਆ ਤੇ ਮੰਗੇ ਨਾਗ ਨੇ ਵੀ ਜਿਹੜਾ ਦਰਸ਼ਕ ਵੀਰਾਂ ਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇਣਾ ਚਾਹੁੰਦੇ ਹਾਂ 55 ਸਾਲ ਤੋਂ ਉੱਪਰ ਜਿਹੜੀ ਉਮਰ ਦੇ ਬੰਦਿਆਂ ਨੇ ਕੁੱਕੜ ਫੜਨਾ ਹੋਵੇ ਉਹ ਆਪਣਾ ਨਾਂ ਲਿਖਾ ਦੇਣ 55 ਸਾਲ ਤੋਂ ਉੱਪਰ ਕੁੱਕੜ ਫੜਨ ਵਾਸਤੇ ਆਪਾਂ ਇੱਕ ਛੋਟੀ ਜਿਹੀ ਗੇਮ ਰੱਖੀ ਆ ਜਿਹਦੀ ਉਮਰ 55 ਸਾਲ ਤੋਂ ਉੱਪਰ ਹੈ ਜਿਹੜੇ 5 ਬੰਦੇ ਪਹਿਲਾਂ ਆਣ ਕੇ ਨਾਂ ਲਿਖਾ ਦੇਣਗੇ ਉਹਨਾਂ ਨੂੰ ਗਰਾਊਂਡ ਵਿੱਚ ਜਾਣ ਦਾ ਮੌਕਾ ਮਿਲੂਗਾ ਜਿਹੜਾ ਕੁੱਕੜ ਫੜ ਲੂਗਾ 5 ਮਿੰਟ ਦਾ ਟਾਈਮ ਦੇਵਾਂਗੇ 2100 ਰੁਪਇਆ ਉਹਨੂੰ ਇਨਾਮ ਦੇਵਾਂਗੇ ਤੇ ਕੁੱਕੜ ਸਾਡਾ ਗੁਮਟਾਲੀ ਵੱਲੋਂ 2100 ਰੁਪਇਆ ਇਨਾਮ ਦੇਵਾਂਗੇ ਤੇ ਕੁੱਕੜ ਸਾਡਾ 55 ਸਾਲ ਤੋਂ ਉੱਪਰ ਆਪਣੀ ID ਪਰੂਫ ਨਾਲ ਲੈ ਕੇ ਆਉਣ 55 ਸਾਲ ਤੋਂ ਉੱਪਰ ਦੇ ਜਿਹੜੇ ਨੌਜਵਾਨ ਬਜ਼ੁਰਗ ਨੇ ਨੌਜਵਾਨ ਬਜ਼ੁਰਗ ਹੀ ਆਖ ਸਕਦੇ ਹੈ ਕਿਉਂਕਿ 55 ਸਾਲ ਤੇ ਲਗਭਗ ਜਾ ਕੇ ਜਿਹੜੇ ਗੋਡੇ ਹੈ ਜਾਂ ਮੋਢੇ ਮੋਢੇ ਜੋੜ ਹੈ ਜਿਹੜੇ ਉਹ ਦੁੱਖਣ ਲੱਗ ਜਾਂਦੇ ਹੈ ਪਰ ਤਲਵਿੰਦਰ ਭੁੱਚੋ ਵਾਲਾ ਮੇਰੇ ਵੀਰੋ ਵਾਹ ਓਏ ਭੁੱਚੋ ਵਾਲਿਆ ਸ਼ਕਤੀਮਾਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਰਿਹਾ ਹੈ ਮੌਂ ਸਾਹਿਬ ਤੇ ਢੰਡਾ ਪਹੁੰਚ ਗਈ ਤੇ ਹੱਥ ਖੜਾ ਕਰਕੇ ਦੱਸ ਦੇਣ ਮੌਂ ਸਾਹਿਬ ਪਹੁੰਚ ਗਈ ਢੰਡਾ ਢੰਡੇ ਦੀ ਟੀਮ ਅੱਜ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ
ਬੇਨਤੀ ਆ ਵੀ ਉਹ ਟੰਡਿਆਂ ਦੀ ਟੀਮ ਵੀ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਵੇ ਟੰਡਿਆਂ ਦੀ ਟੀਮ ਬੰਟੀ ਟਿੱਪੇ ਵਾਲਾ ਪਰ ਕੀਪਾ ਭੁੰਦੜ ਵਾਲਾ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਿੱਥੋਂ ਵਾਲੇ ਸ਼ੀਰੇ ਦਾ ਸਾਥੀ ਜੱਫਾ ਲਾ ਪਾਊ ਕਿ ਨਹੀਂ ਵਾਹ ਓਏ ਨੌਜਵਾਨਾਂ ਕੀਪਾ ਭੁੰਦੜ ਵਾਲਾ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਸੁੱਖਾ ਜੈਲਦਾਰ ਵੀ ਪੁੱਜਿਆ ਹੋਇਆ ਮਾਹਮਦ ਪ੍ਰਿਆ ਕਬੱਡੀ ਮੇਰੀ ਜਾਂਦੀ ਹੈ ਤੇਜ ਕਹਿੰਦੇ ਸਨੀ ਗਿੱਲ ਉਹਨਾਂ ਦਾ ਦੀਪ ਢੰਡਰੀਆਂ ਉਹਨਾਂ ਦਾ ਨੌਜਵਾਨ ਸਾਡੇ ਰਤੀਸ਼ ਸ਼ਰਮਾ ਜੀ ਉਹ ਵੀ ਮੰਨੇ ਹੋਣੀ ਪੁੱਜੇ ਹੋਏ ਆ ਪਰ ਖੇਡ ਮੈਦਾਨ ਦੇ ਵਿੱਚ ਨੌਜਵਾਨ ਮੀਤ ਖਾਈ ਵਾਲਾ ਪਰ ਜਿੰਦਰ ਰੱਕੜਾਂ ਵਾਲਾ ਜੱਫਾ ਨਹੀਂ ਲਾ ਸਕਿਆ ਤੇ ਬੜਾ ਫਸਮਾ ਮੁਕਾਬਲਾ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਆਹ ਮੈਚ ਕਹਿੰਦੇ ਬੈਸਟ ਮੈਚ ਹੋ ਸਕਦਾ ਮੇਰੇ ਵੀਰੋ ਕਿਉਂਕਿ ਜੱਫੇ ਜੇ ਦੇਖੀਏ ਤੇ ਦੋਨੋਂ ਸਾਈਡਾਂ ਤੋਂ ਮੇਰੇ ਵੀਰੋ ਬਰਾਬਰੀ ਤੇ ਹੈ ਔਰ ਪਾਣੀ ਵੀ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪੁੱਜਦਾ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਸੀਪਾ ਬੀਰ ਪਿੰਡ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਵਾਹ ਹੋਏ ਗੱਭਰੂ ਹੈ ਆਓ ਸਾਹਮਣੇ ਨੌਜਵਾਨ ਗੱਭਰੂ ਇਹ ਆ ਫੌਜੀ ਮੇਰੇ ਵੀਰੋ ਧੂਰੇ ਦੇ ਕਬੱਡੀ ਕੱਪ ਦਾ ਕਹਿੰਦੇ ਕੇਸ਼ੀ ਬਰਡ ਵਾਲੀਏ ਦੇ ਨਾਲ ਸਾਂਝੇ ਤੌਰ ਤੇ ਲੰਡੀ ਜੀਪ ਦਾ ਜੇਤੂ ਰਿਹਾ ਹੈ ਇਹ ਹੈ ਨੌਜਵਾਨ ਫੌਜੀ ਚੀਮੇ ਯੋਧਪੁਰ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਧਨੌਲੇ ਵਾਲੇ ਕਾਲੇ ਦੀ ਮੇਰੇ ਵੀਰੋ ਸੁਖਜਿੰਦਰ ਸਿੰਘ ਕਾਲਾ ਧਨੌਲੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਾਲਾ ਧਨੌਲੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਜਾਫੀ ਇੰਤਜ਼ਾਰ ਕਰ ਰਹੇ ਨੇ 30 ਸੈਕਿੰਡ ਦਾ ਸਮਾਂ ਸੈਕਿੰਡ ਕਹਿੰਦੇ ਬੀਤਦੇ ਜਾ ਰਹੇ ਤੇ ਮੈਨੂੰ ਲੱਗਦਾ ਵੀ ਡਬਲ ਟੱਚ ਹੋ ਚੁੱਕਿਆ ਹੈ ਤੇ ਪੁਆਇੰਟ ਜਿਹੜਾ ਇਸ ਵੇਲੇ ਮਾਲਵਾ ਕੁੱਸਾ ਮੋਗਾ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਕੁੱਸਾ ਸਭੀ ਕੁੱਸੇ ਵਾਲਾ ਪੁੱਜਿਆ ਹੋਇਆ ਬੜੀ ਮਿਹਰਬਾਨੀ ਆਓ ਸਾਹਮਣੇ ਦੇਖਦਾ ਲੰਬੜ ਇਸ ਵੇਲੇ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਸੰਧੂ ਚੱਠੇ ਵਾਲਾ ਅਗਲੀਆਂ ਟੀਮਾਂ ਮੌਸ ਆ ਵਰਸੇ ਢੰਡੇ ਉਹਨਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਨੇੜੇ ਆ ਜਾਣ ਮੌ ਸਾਹਿਬ ਵਰਸੇ ਢੱਡੇ ਉਹਨਾਂ ਤੋਂ ਬਾਅਦ ਲੱਲੀਆਂ ਵਰਸੇ ਹੁੰਦਲਾ ਲਓ ਸਾਹਮਣੇ ਮੇਰੇ ਵੀਰੋ ਇਹ ਆ ਬਸੰਤ ਭਲੂਰ ਵਾਲਾ ਨੌਜਵਾਨ ਗੱਭਰੂ ਜ਼ਿਲ੍ਹੇ ਮੋਗੇ ਦੇ ਭਲੂਰ ਪਿੰਡ ਦਾ ਹੁਣ ਜੱਫਾ ਲਾ ਪਾਊ ਕਿ ਨਹੀਂ 30 ਸੈਕਿੰਡ ਦਾ ਸਮਾਂ ਪਰ ਪੁਆਇੰਟ ਜਿਹੜਾ ਇਸ ਵੇਲੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਤਲਵਿੰਦਰ ਭੁੱਚੋ ਵਾਲਾ ਮੇਰੇ ਵੀਰੋ ਭੁੱਚੋ ਕਲਾਂ ਮੇਰੇ ਵੀਰੋ ਨੌਜਵਾਨ ਦਾ ਪਿੰਡ ਹੈ ਔਰ ਨਾਲ ਭੁੱਚੋ ਖੁਰਦ ਵੀ ਪੈਂਦਾ ਹੈ ਔਰ ਸਾਹਮਣੇ ਸ਼ਕਤੀਮਾਨ ਹੁਣ ਜੱਫਾ ਲਾ ਪਾਊ ਕਿ ਨਹੀਂ ਸ਼ਕਤੀਮਾਨ ਦਾ ਭਾਵੇਂ ਕਹਿੰਦੇ ਛੋਟਾ ਸਰੀਰ ਹੈ ਪਰ ਵੱਡੀਆਂ ਗੱਡੀਆਂ ਨੂੰ ਫੜਨ ਦਾ ਵੱਡਾ ਮਾਹਰ ਹੈ ਇਹ ਹੈ ਨੌਜਵਾਨ ਸ਼ਕਤੀਮਾਨ ਸੰਭਾਲ ਪਿੰਡ ਦਾ ਚੱਲ ਵੀ ਬੰਟੀ ਪਾ ਵੀ ਨੌਜਵਾਨਾਂ ਕਬੱਡੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂ ਕਰਦੀ ਜਾਂ ਫਿਰ ਜਿਵੇਂ ਝਪਟ ਹੈ ਚੀਤੇ ਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁੰਦੇ ਲੱਖਾਂ ਦੇ ਲੱਖਾਂ ਨਾਲ ਟਰੈਕਟਰ ਮਿਲਦੇ ਰਸ਼ੀਨ ਵਾਲੇ ਕਾਲੇ ਹੋਏ ਹੁੰਦੇ ਰਮਾਨ ਪੂਰੇ ਸਭ ਦਿਲ ਦੇ ਅੱਜ ਕਹਿੰਦੇ ਪੰਜਾਬ ਦੀ ਮਾਂ ਖੇਡ ਕਬੱਡੀ ਨੇ ਬੜੀ ਤਰੱਕੀ ਕਰ ਲਈ ਹੈ ਵੱਡੇ ਇਨਾਮ ਨੇ ਮੇਰੇ ਵੀਰੋ ਕੋਈ ਸਮਾਂ ਸੀ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਹੈ ਉਹਨਾਂ ਨੂੰ ਪਤਾ ਵੀ ਤੌਲੀਏ ਗਲਾਸਾਂ ਵਾਲੀ ਖੇਡ ਸੀ ਤੇ ਅੱਜ ਜਿਹੜੇ ਵੱਡੇ ਪ੍ਰਾਈਜ਼ ਆ ਗਏ ਹੈ ਸਾਡੀ ਇਸ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਮੀਤ ਖਾਈ ਵਾਲਾ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਿੰਡ ਪੈਂਦਾ ਖਾਈ ਪੱਤੋ ਕੋਲੇ ਖਾਈ ਸੁਣੀ ਦੀ ਖਾਈ ਕੋਲੇ ਦੀਨਾ ਤੈ ਮਨਵੋ ਲਿਆ ਓਏ ਕੌਡੀ ਦੇ ਸ਼ਕੀਨਾ ਇਹ ਸਾਡੇ ਪੁਰਾਣੇ ਕਮੈਂਟੇਟਰ ਗੱਲ ਕਰਦੇ ਸਨ ਜਦੋਂ ਕੋਈ ਪੁਰਾਣਾ ਖਿਡਾਰੀ ਖੇਡਦਾ ਸੀ ਤਾਂ ਚੱਲਦਾ ਹੋਇਆ ਮੈਚ ਸਮਾਪਤ ਹੋ ਚੁੱਕਿਆ ਹੈ ਕੀ ਸਕੋਰ ਨੇ ਜੀ ਇਸ ਮੈਚ ਦੇ ਜੇ ਮੈਚ ਵਧੀਆ ਲੱਗਿਆ ਕਿ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰੋ ਜਿੱਤ ਹਾਰ ਉਸ ਪਰਮਾਤਮਾ ਦੇ ਬਸ ਹੈ ਪਰ ਵੱਡੀ ਗੱਲ ਇਹ ਹੈ ਵੀ ਚੱਕ ਕਲਾਂ ਦੀ ਖੇਡ ਗਰਾਊਂਡ ਅੰਦਰ ਅੱਜ ਮਾਲਵਾ ਮਾਝਾ ਤੇ ਦੁਆਬੇ ਦੇ ਖਿਡਾਰੀ ਜਿਹੜੇ ਆਪਣੀ ਖੇਡ ਦਿਖਾਉਣ ਦੇ ਲਈ ਪੁੱਜੇ ਹੋਏ ਹੈ ਅਗਲੀਆਂ ਟੀਮਾਂ ਮੌ ਸਾਹਿਬ ਵਰਸੇ ਢੱਡੇ 16 ਪੁਆਇੰਟ ਨੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੇ ਤੇ ਕੁੱਸਾ ਮੋਗਾ ਦੇ ਪੁਆਇੰਟ ਨੇ ਜੀ 20 ਇਸ ਮੁਕਾਬਲੇ ਦੇ ਵਿੱਚੋਂ 4 ਪੁਆਇੰਟਾਂ ਤੇ ਜਿਹੜੀ ਜੇਤੂ ਰਹੀ ਟੀਮ ਹੈ ਉਹ ਕੁੱਸੇ ਮੋਗੇ ਦੀ ਫਿਰ ਤਾਂ ਸ਼ੇਰਗੜ੍ਹ ਚੀਮਿਆਂ ਵਾਲਾ ਅਗਲੀ ਗੱਲ ਇਸ ਮਾਈਕ ਤੋਂ ਕਰੇਗਾ ਸਾਡੇ ਦਰਮਿਆਨ ਹੁਣੇ ਹੁਣੇ ਪਹੁੰਚੇ ਨੇ ਸਰਦਾਰ ਅਮਰੀਕ ਸਿੰਘ ਜੀ ਕੈਨੇਡਾ ਤੋਂ ਜਿਹੜੇ ਕਹਿੰਦੇ ਮੈਂ ਘਰ ਨਹੀਂ ਗਿਆ ਸਿੱਧਾ ਗਰਾਊਂਡ ਵੱਲ ਆ ਗਿਆ ਮੈਚ ਦੇਖਣ ਸਾਰੀ ਕਲੱਬ ਵੱਲੋਂ ਇੱਥੇ ਉਹਨਾਂ ਦੇ ਪਹੁੰਚਣ ਦੇ ਜੀਆਂ ਆਖਦੇ ਹਾਂ ਜਿਨ੍ਹਾਂ ਨੇ ਨਾਲ ਨਾਲ ਸਾਨੂੰ ਇੱਥੇ ਦਰਸ਼ਨ ਦਿੱਤੇ ਨਾਲ ਸਾਡਾ ਹੌਸਲਾ ਵਧਾਉਣ ਵਾਸਤੇ 10,000 ਮਾਇਆ ਹਾਜ਼ਰ ਕੀਤੀ ਹੈ ਕਲੱਬ ਵੱਲੋਂ NRI ਵੀਰਾਂ ਵੱਲੋਂ ਸਰਦਾਰ ਅਮਰੀਕ ਸਿੰਘ ਬਾਗੜੀ ਜੀ ਦਾ ਬਹੁਤ ਬਹੁਤ ਧੰਨਵਾਦ ਹੈਲੋ
ਮਾਨ ਸਾਹਿਬ ਤੇ ਢੰਡਿਆਂ ਦਾ ਜਿਹੜਾ ਮੈਚ ਹੈ ਉਹ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ ਉਧਰ ਸਰਦਾਰ ਅਮਰੀਕ ਸਿੰਘ ਜੀ ਕੈਨੇਡਾ ਤੋਂ ਪੁੱਜਿਆ ਤੇ ਆਪਣੇ ਪਿੰਡ ਦਾ ਜਿਹੜਾ ਕਬੱਡੀ ਕਾ ਵੇਖਣ ਦੇ ਲਈ ਆਇਆ ਪਿੰਡ ਦੇ ਨਾਲ ਮੋਹ ਹੁੰਦਾ ਹਰ ਇੱਕ ਇਨਸਾਨ ਦਾ ਭਾਵੇਂ ਉਹ ਕਿੱਥੇ ਵੀ ਜਾ ਵਸੇ ਉਹਨਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਆ ਮਾਨ ਸਾਹਿਬ ਤੇ ਢੰਡੇ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ 'ਚ ਆ ਦੋਨੋਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਹੀ ਆਪਣੀਆਂ ਸਾਈਡਾਂ ਲਾ ਲੈਣ ਪਹਿਲਾਂ ਵਾਲਾ ਮੈਚ ਵੀ ਕਹਿੰਦੇ ਵਧੀਆ ਮੈਚ ਹੋਇਆ ਤੇ ਆਉਣ ਵਾਲੇ ਜਿਹੜੇ ਹੋਰ ਮੈਚ ਆ ਉਹ ਵੀ ਐਨ ਇੰਟਰਸਟਡ ਮੈਚ ਖੇਡੇ ਜਾਣੇ ਆ ਇਸ ਏਰੀਏ ਨੇ ਕਹਿੰਦੇ ਕਬੱਡੀ ਦੇ ਜਿਹੜੇ ਸਿਰੇ ਦੇ ਸਟਾਰ ਆ ਉਹ ਪੈਦਾ ਕੀਤੇ ਆ ਹੈਪੀ ਆਲ ਓਵਰ ਢੇਰੀਆਂ ਦਾ ਕਹਿੰਦੇ ਉਹ ਵੀ ਕਬੱਡੀ ਦਾ ਸਟਾਰ ਅੱਜ ਚੱਕ ਕਲਾਂ ਦੇ ਮੇਲੇ ਤੇ ਪੁੱਜਿਆ ਹੋਇਆ ਜਿਹੜੀ ਟੀਮ ਵਾਲੀਬਾਲ ਦੀ ਗਰਾਊਂਡ ਵਾਲੀ ਸਾਈਡ ਤੇ ਖੇਡ ਰਹੀ ਆ ਉਹ ਟੀਮ ਪਿੰਡ ਮਾਉਂ ਸਾਹਿਬ ਦੀ ਅਤੇ ਦੂਜੀ ਸਾਈਡ ਤੇ ਢੰਡਿਆਂ ਦੀ ਟੀਮ ਆ ਪਹਿਲੀ ਕਬੱਡੀ ਬਈ ਦਿਸ਼ਾ ਨੂੰ ਬੇਨਤੀ ਆ ਕਿ ਉਹ ਸਟੇਜ ਤੇ ਆਵੇ ਦਿਸ਼ਾ ਇਧਰ ਪਹਿਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਮਾਉਂ ਸਾਹਿਬ ਦੀ ਟੀਮ ਦੀ ਤਰਫੋਂ ਸ਼ੇਰੂ ਨਾਜਬਨ ਕਹਿੰਦੇ ਫਿੱਟ ਜੇ ਸਰੀਰ ਦਾ ਮਾਲਕ ਉਹ ਵੇਖੋ ਖੇਡ ਮੈਦਾਨ ਦੇ ਵਿੱਚ ਸ਼ੇਰੂ ਪਹਿਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਆ ਢੰਡਿਆਂ ਦੀ ਟੀਮ ਦੇ ਜਿੱਥੋਂ ਕਹਿੰਦੇ 24 ਫਰਵਰੀ ਢੰਡਿਆਂ ਦਾ ਕਬੱਡੀ ਦਾ ਕੱਪ ਹੈ ਉਹ ਵੇਖੋ ਚਾਰ ਜਾਫੀ ਤੇ ਚਾਰਾਂ ਦੇ ਵਿੱਚੋਂ ਸ਼ੇਰੂ ਨੂੰ ਕਿਹੜਾ ਤਕੜਾ ਜਫਾ ਲਾਉਂਦਾ ਸਟਾਪ ਲਾਈਨ ਦੇ ਵਿੱਚ ਚਾਰ ਜਾਫੀ ਆ ਇੱਕੋ ਜਿਹੇ ਕੱਦ ਆ ਤੇ ਚਾਰਾਂ ਦਾ ਕਹਿੰਦੇ ਭਾਰ ਵੀ ਇੱਕੋ ਜਿਹਾ ਹੋਵੇਗਾ ਇੱਕ ਨੇ ਵੱਧ ਕੇ ਕੀਤੀ ਆ ਟਰਾਈ ਰੱਖਿਆ ਪਾਉਣ ਤੇ ਹੱਥ ਪਰ ਧਾਰਿਆ ਭੱਜਿਆ ਤੇ ਪੁਆਇੰਟ ਤੇ ਪੁਆਇੰਟ ਆ ਜਿਹੜਾ ਸ਼ੇਰੂ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਪਰਮਿੰਦਰ ਡੂਮ ਛੇੜੀ ਵਾਲੇ ਦਾ ਕਹਿੰਦੇ ਵੱਡਾ ਨਾਮ ਪਹਿਲਵਾਨੀ ਦੇ ਖੇਤਰ ਵਿੱਚ ਤੇ ਸਿੱਖ ਸਰਦਾਰ ਇਸ ਵੇਲੇ ਪਰਮਿੰਦਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਧਰ ਪਰਮਿੰਦਰ ਦਾ ਬੋਲਿਆ ਧਾਵਾ ਚਾਰ ਜਾਫੀ ਆ ਮਾਉਂ ਸਾਹਿਬ ਦੀ ਟੀਮ ਦੇ ਚਾਰਾਂ ਦੇ ਵਿੱਚ ਇਸ ਵੇਲੇ ਪਰਮਿੰਦਰ ਦੀ ਪੈਂਦੀ ਕਬੱਡੀ ਤੇ ਕਿਹੜਾ ਲਾਉਂਦਾ ਤਕੜਾ ਜੱਫਾ ਉਧਰ ਸਰਦਾਰ ਬਲਵੀਰ ਸਿੰਘ ਜੀ ਹਾਲੈਂਡ ਵਾਲੇ ਉਹ ਵੀ ਕਹਿੰਦੇ ਇਸ ਕਬੱਡੀ ਕੱਪ ਤੋਂ ਪੁੱਜਿਆ ਬਹੁਤ ਬਹੁਤ ਧੰਨਵਾਦ ਆ ਤੇ ਇੱਧਰ ਪੁਆਇੰਟ ਆ ਜਿਹੜਾ ਪਰਮਿੰਦਰ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਇਸ ਨੌਜਵਾਨ ਦਾ ਸ਼ੁਰਲੀ ਨਾਮ ਹੈ ਜਿਹੜਾ ਬੜਾ ਭੱਜਦਾ ਹੋਵੇ ਜਾਂ ਬੜਾ ਤਿੱਖਾ ਹੋਵੇ ਉਹਨੂੰ ਸ਼ੁਰਲੀ ਕਹਿ ਦਿੰਦੇ ਆ ਤੇ ਮਾਉਂ ਸਾਹਿਬ ਵਾਲਾ ਸ਼ੁਰਲੀ ਇਸ ਵੇਲੇ ਅਗਲੀ ਕਬੱਡੀ ਪਾ ਲਿਆ ਸ਼ੁਰਲੀ ਦੀ ਪਾਈ ਕਬੱਡੀ ਹੁਣ ਜਾਫੀ ਚਾਰ ਆ ਤੇ ਦਰਸ਼ਕਾਂ ਦਾ ਇਕੱਠ ਵੀ ਕਹਿੰਦੇ ਅੱਜ ਚੱਕ ਕਲਾਂ ਦੇ ਵਿੱਚ ਵੱਡਾ ਜੁੜਿਆ ਹੋਇਆ ਹੁਣ ਢੰਡਿਆਂ ਦੇ ਚਾਰਾਂ ਵਿੱਚੋਂ ਉਹ ਵੇਖੋ ਰਾਣਾ ਜੀ ਬਰਮਾਲੀਪੁਰ ਵਾਲੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਦੇ ਖਿਡਾਰੀ ਫੈਸਲਾ ਕਰਦੇ ਵੀ ਜਿਹੜਾ ਪੁਆਇੰਟ ਆ ਸੁਰਲੀ ਇਸ ਵੇਲੇ ਮਾਉਂ ਸਾਹਿਬ ਦਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਧਾਵੀ ਇਸ ਵੇਲੇ ਢੰਡਿਆਂ ਦੀ ਟੀਮ ਦੀ ਤਰਫੋਂ ਜੀਤੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਜੀਤੀ ਕਹਿੰਦੇ ਕੂਨਰ ਵਾਲਾ ਵੀ ਦੁਨੀਆਂ ਦਾ ਪ੍ਰਸਿੱਧ ਕਬੱਡੀ ਦਾ ਖਿਡਾਰੀ ਉਹ ਕਹਿੰਦੇ ਜਾਫੀ ਆ ਤੇ ਇਹ ਧਾਵੀ ਇਸ ਵੇਲੇ ਜੀਤੀ ਢੰਡਿਆਂ ਵਾਲਾ ਕਬੱਡੀ ਪਾ ਰਿਹਾ ਹੁਣ ਚਾਰਾਂ ਜਾਫੀਆਂ ਦੀ ਚੈਨ ਕਹਿੰਦੇ ਮਾਉਂ ਸਾਹਿਬ ਵਾਲੇ ਚਾਰਾਂ ਚੋਂ ਕਿਹੜਾ ਤਕੜਾ ਜੱਫਾ ਲਾਵੇਗਾ ਉਹ ਵੇਖੋ ਫਰਿਆ ਗਿੱਟਾ ਪਹਿਲੇ ਮੈਚ ਦੇ ਵਿੱਚ ਕਹਿੰਦੇ ਸ਼ਕਤੀਮਾਨ ਨੇ ਆਹ ਸਟਾਈਲ ਦੇ ਨਾਲ ਜੱਫੇ ਲਾਏ ਆ ਪਰ ਇੱਧਰ ਮਾਉਂ ਸਾਹਿਬ ਵਾਲਾ ਲਾ ਤਕੜਾ ਜੱਫਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਬਿੰਦੂ ਅਗਲੀ ਕਬੱਡੀ ਮਾਉਂ ਸਾਹਿਬ ਵਾਲਾ ਬਿੰਦੂ ਫਿਰ ਧਾਵਾ ਬੋਲਦਾ ਹੋਇਆ ਕੋਸ਼ਲ ਸਾਹਿਬ ਵੀ ਬੈਠੇ ਆ ਹੈਲੋ ਦਿਸ਼ੇ ਉਹ ਦਿਸ਼ਾ ਜਿੱਥੇ ਵੀ ਹੋਵੇ ਬਸ ਹੁਣ ਦਾ ਸਟੇਜ ਤੇ ਆਵੇ ਦਿਸ਼ਾ ਇਸੇ ਪਿੰਡ ਦਾ ਮਾਨ ਕਬੱਡੀ ਦਾ ਖਿਡਾਰੀ ਆ ਉਹ ਵੀ ਜਿੱਥੇ ਆਵਾਜ਼ ਨੂੰ ਸੁਣਦਾ ਵੇ ਸਟੇਜ ਤੇ ਉਹਨੂੰ ਪ੍ਰਬੰਧਕ ਬੁਲਾ ਰਹੇ ਆ ਅੱਜ ਕਹਿੰਦੇ ਦਿਸ਼ੇ ਦੇ ਪਿੰਡ ਦਾ ਮੇਲਾ ਤੇ ਸਾਰੇ ਉਹਦੇ ਜਿਹੜੇ ਭਰਾ ਆਪਣੇ ਪਿੰਡ ਦੇ ਕਬੱਡੀ ਦੇ ਸਟਾਰ ਤੇ ਮਾਨ ਕਰਦੇ ਆ ਇੱਧਰ ਕਹਿੰਦੇ ਨੌਜਵਾਨ ਮਾਉਂ ਸਾਹਿਬ ਦਾ ਜਾਫੀ ਬਿੱਲਾ ਕਹਿੰਦੇ ਲਾਉਂਦਾ ਹੋਇਆ ਤਕੜਾ ਜੱਫਾ ਬਿੱਲੇ ਦਾ ਲੱਗਦਾ ਜੱਫਾ ਤੇ ਵੇਖੋ ਖੇਡ ਮੈਦਾਨ ਦੇ ਵਿੱਚ ਢੰਡਿਆਂ ਵਾਲਾ ਡੱਕਿਆ ਜਾਊ ਤੇ ਨਹੀਂ ਮੇਰਾ ਖਿਆਲ ਹੈ ਡੱਕਿਆ ਗਿਆ ਕਿਉਂਕਿ 30 ਸਕਿੰਟ ਦਾ ਸਮਾਂ ਜਿਹੜਾ ਉਹ ਪੂਰਾ ਹੋ ਚੁੱਕਿਆ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਮਾਉਂ ਸਾਹਿਬ ਵਾਲਾ
13 फरवरी बोपा राय का कबड्डी कप है साढ़े वीर जेडे पहला प्राइज है जो 70,000 रुपए तो दूजा प्राइज जो 51,000 रुपए का दिता जाना है। 13 फरवरी सिद्धमा दोनों का कप है। अमरीक सिंह लड्डू कहते महान कबड्डी का खिलाड़ी है तो उसकी याद के विच मेला करवाया जाएगा। वह ट्रेडर से जाफी के लिए मोटरसाइकिल दिते जाने हैं। तेदर परमिंदर की कबड्डी पै रही है तो आप देखिए भी खेड मैदान माओ साहब का जौल कहते इस वेले ला तकड़ा जफा पॉइंट अपनी टीम के हिस्से में जोड़ता होया। शेरू अगली कबड्डी फिर पा रहा। पंजे खिडारियों दी निकरां दे वाल आपां वेखीए वी सारियां दी निकरां दा रंग जिहड़ा इको जिहा पर इधर कहिंदे नौजवान ढंडियां वाला इस वेले ला तकड़ा जफा। राणा जी बरमैलीपुर वाले फैसला करदे आ वी जिहड़ा पॉइंट आ इह ढंडियां दी टीम दे हिस्से दे विच जुड़दा होया। अगली कबड्डी पाउण दे लई जीती फिर इस वेले खेड मैदान दे विच वधिया होया कि जद पिंड दी बूते पैर पावे उस धरत नूं करी प्रणाम साडा बच्चे बजुर्गां ते जारा वेलियां नूं हथ जोड़ के करी कलाम सलाम साडा। जन्म लिया जिथे बचपन गुजारिया भुलदा कदे नहीं सानू ग्रां साडा चढ़दी कला च रहे विणग वसदा मां बोली पिंड ते पंजाब साडा मां बोली ते पिंड पंजाब साडा। उधर अमरीक सिंह जी पुजे आ ते इधर कहिंदे माओ साहब वाले जौल ने फिर तकड़ा जफा ला दिता। अगली कबड्डी शुरली एक खीरा वाली है। शुरली भी कहते तगड़े जफे लाता तो इधर खेड मैदान के हूँ जाफी चार है। मना नकोदर वाला कबड्डी मेरी जिंद जन पेज वाला भी पुजिया ते नाल सुखा जैलदार महमदपुर वाला वह वेखो ढंडिया वाले ने फड़िया गुट पर कहते शुरली हथां दे विचों निकलिया। शुरली का शरीर तो मुठी भर है पर कहते नौजवान दे विचों बड़ी जान है बड़ी फिरती है तो पॉइंट सुरली ने अपनी टीम के हिस्से में जोड़ दिता। अगली कबड्डी पाने के लिए इस वे ढंडिया वाला खेड मैदान के नौजवान धावी वध्या होया। बिल्ला खड़ा एक कनी ते जौल है पर विचकार कहिंदे वज्या होया टच ते पॉइंट जिहड़ा ढंडिया की टीम के हिस्से में जुड़ता होया। मदन कपाल मधू का जंड कोच का इंद्रपाल बाजवे का सारे कोच साहबाना का धन्नवाद है जिहड़े अपनी टीमों नूं लैके पुजे आ। इधर बिले की कबड्डी और देखो बज गई कहते पुट्ठी कैंची लगता तकड़ा जा जफा बल्ले बल्ले वाह जवाना लवी माओ साहब वाले गल हुण मुश्किल है पर कहते नौजवान एन 25 से 27 सेकंड इधर अगली कबड्डी पाउण दे लई परमिंदर इस वेले ढंडियां वाला वधिया आया। इंग्लैंड की कहते फेडरेशन के प्रधान सरदार रणजीत सिंह जी ढंडा होना का पिंड है ते 24 फरवरी ढंडिया के कप से संदीप सुरखपुर का